ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਪੈਂਦੀ ਕਾਰੋਬਾਰੀ ਨਗਰੀ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਦੇ ਨੇੜੇ ਬਸੇ ਅੰਬੇ ਮਾਜਰਾ ਪਿੰਡ ਵਾਸੀਆਂ ਨੇ ਜੀਟੀ ਰੋਡ ਤੇ ਕ੍ਰੋਸਿੰਗ ਦੀ ਮੰਗ ਪੂਰੀ ਨਾ ਹੁੰਦੀ ਵੇ ਕਰੀਬ 2.5 ਸਾਲਾਂ ਬਾਅਦ ਫੇਰ ਧਰਨਾ ਲਗਾ ਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਖਿਲਾਫ ਚਮ ਕੇ ਨਾਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ 2.5 ਸਾਲ ਪਹਿਲਾਂ ਵੀ ਇਸੇ ਥਾਂ ਤੇ ਧਰਨਾ ਲਗਾ ਕੇ ਅੰਡਰ ਬ੍ਰਿਜ ਬਣਾਉਣ ਦੀ ਮੰਗ ਕੀਤੀ ਸੀ। ਉਸ ਵੇਲੇ ਮੌਜੂਦਾ ਐਸਡੀਐਮ ਨੇ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਮਨਾ ਲਿਆ ਸੀ, ਪਰ 2.5 ਸਾਲ ਬੀਤਣ ਤੋਂ ਬਾਅਦ ਵੀ ਮੰਗ ਨਾ ਪੂਰੀ ਹੁੰਦੀ ਵੇਖ ਥੱਕ ਚੁੱਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਮੁੜ ਧਰਨਾ ਦੇ ਦਿੱਤਾ ਅਤੇ ਚੇਤਾਵਨੀ ਦਿੰਦਿਆਂ 21 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ। ਰੋਸ ਧਰਨੇ ਵਿੱਚ ਪਹੁੰਚੇ ਹਾਂ ਕਿਉਂਕਿ ਇਸ ਆਲੇ ਦੁਆਲੇ ਪਿੰਡਾਂ ਨੂੰ, ਖਾਸ ਕਰ ਅੰਬੇ ਮਾਜਰਾ ਨਸਰਾਲੀ ਸਾਰੇ ਇਹਨਾਂ ਪਿੰਡਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਆ। ਤਰਵਾੜਾ ਹੋਰ ਸਾਡੇ ਨਾਲ ਦੇ ਜਿੰਨੇ ਮੰਡੀ ਗੋਬਿੰਦਗੜ੍ਹ ਵਾਲੇ ਪਿੰਡ ਪੈਂਦੇ ਨੇ, ਕਿਉਂਕਿ ਇੱਥੇ ਕੋਈ ਅੰਡਰਬ੍ਰਿਜ ਜਾਂ ਕੋਈ ਡਿਵਾਈਡਰ ਹੈ ਨਹੀਂ, ਜਿਹਦੇ ਕਾਰਨ ਸਕੂਲ ਦੇ ਬੱਚੇ ਹੋਰ ਬੜੇ ਹਾਦਸੇ ਹੋ ਰਹੇ ਨੇ। ਸੋ ਬੜੇ ਪਹਿਲਾਂ ਵੀ ਬੜੇ ਪ੍ਰਸ਼ਾਸਨ ਨੇ ਭਰੋਸਾ ਦਵਾਇਆ, ਦਿੱਲੀ ਜਾ ਕੇ ਮੀਟਿੰਗਾਂ ਵੀ ਹੋਈਆਂ ਅਤੇ ਇਹ ਅੰਡਰਬ੍ਰਿਜ ਪਾਸ ਵੀ ਹੋਇਆ ਹੋਇਆ। ਸੋ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਵਾਅਦਾ ਕੀਤਾ ਸੀ ਅੰਡਰਬ੍ਰਿਜ ਬਣਾਉਣ ਦਾ, ਉਹਨੂੰ ਜਲਦੀ ਬਣਾਇਆ ਜਾਵੇ, ਕਿਉਂਕਿ ਅਸੀਂ ਬੜੀ ਮਿੰਨਤਾਂ ਬੜੀਆਂ ਬੇਨਤੀਆਂ ਕਰ ਲਈਆਂ ਅਫਸਰ ਸਾਹਿਬਾਨਾਂ ਨੂੰ ਮਿਲ ਲਏ। ਇਸ ਇਲਾਕੇ 'ਚ ਬਹੁਤ ਵੱਡਾ ਰੋਸ ਆ ਕਿ ਸਰਕਾਰ ਇਹ ਪ੍ਰਸ਼ਾਸਨ ਵਾਅਦਾ ਖਿਲਾਫੀ ਕਰ ਰਹੇ ਨੇ, ਭੱਜ ਰਹੇ ਨੇ। ਸੋ ਅਸੀਂ ਹੁਣੇ ਹੁਣੇ ਤਹਿਸੀਲਦਾਰ ਸਾਹਿਬ ਆਏ ਨੇ ਮਾਨਯੋਗ, ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਤੇ ਉਹਨਾਂ ਦੇ ਰਾਹੀਂ ਅਸੀਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਹ ਜੇ 21 ਤਰੀਕ ਤੱਕ ਸਾਡੇ ਇਸ ਪੁਲ ਦਾ ਕੋਈ ਸਾਨੂੰ ਭਰੋਸਾ ਨਹੀਂ ਮਿਲਦਾ ਜਾਂ ਪੁਲ ਦਾ ਕੋਈ ਨਕਸ਼ਾ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ, ਤਾਂ 21 ਤਰੀਕ ਨੂੰ ਇਸ ਇਲਾਕੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਸੰਗਤਾਂ ਨੇ ਇਕੱਠੇ ਹੋਣਾ। ਇਹ ਇਕੱਠੇ ਹੋ ਕੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਇਲਾਕੇ ਦੀ ਮੰਗ ਆ, ਇਕੱਠੇ ਹੋ ਕੇ 21 ਤਰੀਕ ਨੂੰ ਅਸੀਂ ਇੱਥੇ ਨੈਸ਼ਨਲ ਹਾਈਵੇ ਜਾਮ ਕਰਾਂਗੇ। ਜੋ ਧਰਨਾ ਪ੍ਰਦਰਸ਼ਨ ਕੀਤਾ ਜੀਟੀ ਰੋਡ ਦੇ ਸੰਬੰਧ ਵਿੱਚ, ਵੀ ਸਾਨੂੰ ਇੱਥੇ 9 ਕਿਲੋਮੀਟਰ 'ਤੇ ਗੋਬਿੰਦਗੜ੍ਹ ਤੋਂ ਲੈ ਕੇ ਸਰਹੰਦ ਤੱਕ ਕੋਈ ਸਾਡੇ ਕੱਟ ਨਹੀਂ ਗਾ। ਅਸੀਂ ਜਿਹੜੇ ਆ ਬੱਚੇ ਸਕੂਲ ਜਾਂਦੇ ਨੇ, ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਪਰਲੇ ਪਾਸੇ ਨੇ, ਔਰ ਅਸੀਂ ਸਾਨੂੰ ਜਾਣ ਨੂੰ ਬਹੁਤ ਦਿੱਕਤ ਆਉਂਦੀ ਹੈ, ਔਰ ਬਹੁਤ ਸਾਰੇ ਹਾਦਸੇ ਜਿਹੜੇ ਹੋ ਜਾਂਦੇ ਨੇ ਬੱਚਿਆਂ ਨਾਲ ਹੋ ਜਾਂਦੇ ਨੇ। ਇੱਕ ਸਾਡੇ ਨਾਲ ਵਾਅਦਾ ਕੀਤਾ ਸੀ SDM ਨੇ 15/7/2015 ਨੂੰ, ਅਤੇ ਉਹ ਵਾਅਦਾ ਖਿਲਾਫ ਇਹ ਧਰਨਾ ਸੀ। ਉਦੋਂ SDM ਨੇ ਖੁਦ ਮੰਨਿਆ ਸੀ ਵੀ ਤੁਹਾਡਾ ਪੁਲ ਇਹ 4 ਮਹੀਨਿਆਂ ਤੱਕ ਸ਼ੁਰੂ ਹੋ ਜੂਗਾ, ਔਰ ਸਾਡੀ ਸਾਰੀ ਨੂੰ ਵਧਾਈ ਦਿੱਤੀ ਸੀ ਵੀ ਇਹ ਤੁਹਾਡਾ ਪੁਲ ਤੁਹਾਡਾ ਮਨਜ਼ੂਰ ਹੋ ਗਿਆ।